ਗੁਰਬਾਣੀ ਤੋਂ ਚੱਜ ਸਿੱਖ ਲਈਏ ਜ਼ਿੰਦਗੀ ਜਿਉਣ ਦਾ ਵੀ ਜਿੱਦਣ ਮੇਰੇ ਤੇ ਦੁੱਖ ਆਇਆ ਮੈਂ ਇੰਨਾ ਕਾਇਮ ਉਦੋਂ ਪਹਿਲਾਂ ਪਹਿਲਾਂ ਸਮਝ ਇੰਨੀ ਡਿਵੈਲਪ ਕਰ ਲੈਣੀ ਮਾਈਂਡ ਇੰਨਾ ਡਿਵੈਲਪ ਕਰ ਲੈਣਾ ਵੀ ਆਹ ਦੁੱਖ ਆਉਣਾ ਫਿਰ ਉਹਦੇ ਨਾਲ ਮੁਕਾਬਲਾ ਕਿੱਦਾਂ ਕਰਨਾ ਜੇ ਮੈਨੂੰ ਆਹ ਮੇਰੇ ਕੋਲ ਹੈ ਅੱਜ ਜੇ ਵਿਛੜ ਗਿਆ ਫਿਰ ਉਹਦੇ ਲਈ ਪਹਿਲਾਂ ਤਿਆਰੀ ਕਰ ਜੇ ਅੱਜ ਮੇਰਾ ਬੱਚਾ ਮੇਰੇ ਕੋਲ ਹੈ ਕੱਲ ਦੂਰ ਗਿਆ ਫਿਰ ਅੱਜ ਮਾਂ ਮੇਰੇ ਕੋਲ ਹੈ ਮੈਂ ਤੇ ਮਾਂ ਬਿਨਾਂ ਇੱਕ ਮਿੰਟ ਨਹੀਂ ਸਾਰਦਾ ਜਿੱਦੇ ਦੀ ਅਰਥੀ ਨੂੰ ਮੋਢਾ ਲਾਉਣਾ ਪਿਆ ਉਹਦੇ ਮੈਂ ਤੇ ਪਿਓ ਬਿਨਾਂ ਇੱਕ ਮਿੰਟ ਨਹੀਂ ਬਚਦਾ ਮੈਂ ਤੇ ਚਾਰ ਵਾਰੀ ਗੱਲ ਕਰਦਾ ਫੋਨ ਤੇ ਮੇਰਾ ਪਿਤਾ ਕਿੱਥੇ ਡੈਡੀ ਕਿੱਥੇ ਡੈਡੀ ਡੈਡੀ ਕਰਦਾ ਮੈਂ ਥੱਕਦਾ ਨਹੀਂ ਜਿੱਦੇ ਮਰਿਆ ਫਿਰ ਡੋਲਾਂਗਾ ਮੈਂ ਤੈਰਨਾ ਸਿੱਖ ਆਪਣੇ ਆਪ ਹੀ ਸਟਰੋਂਗ ਹੋ ਆਹ ਗੁਰਬਾਣੀ ਦੀਆਂ ਕਲਾਸਾਂ ਹੈ ਅਸੀਂ ਗੁਰਬਾਣੀ ਪੜ੍ਹ ਪੜ੍ਹ ਕੇ ਇੱਕ ਇੱਕ ਥੋਟ ਇੱਕ ਇੱਕ ਆਪਣੇ ਆਪਣੇ ਮਾਈਂਡ ਨੂੰ ਚੈੱਕ ਕਰਨਾ ਹੈ ਮੈਂ ਸੋਚਦਾ ਕਿੱਦਾਂ ਮੈਂ ਨੈਗੇਟਿਵ ਕਿੱਥੇ ਹੋ ਜਾਂਦਾ ਮੈਂ ਗਲਤ ਕਿੱਥੇ ਹਾਂ ਮੇਰੀਆਂ ਮੇਰੀਆਂ ਪ੍ਰੋਬਲਮਾਂ ਕੀ ਹੈ ਮੈਂ ਉਹਨਾਂ ਪ੍ਰੋਬਲਮਸ ਜਿਹੜੀਆਂ ਮੇਰੀਆਂ ਉਹਨਾਂ ਨੂੰ ਫੇਸ ਕਿੱਦਾਂ ਕਰਨਾ ਹੈ ਮੈਂ ਦੁੱਖ ਦੇ ਵਿੱਚ ਵੀ ਦੁੱਖ ਮੰਨਣਾ ਨਹੀਂ ਆਪਣੇ ਆਪ ਨੂੰ ਇਦਾਂ ਬੈਕ ਤੇ ਕਿਵੇਂ ਰੱਖ ਸਕਦਾ ਮੈਂ ਇਹ ਇਹ ਸਿੱਖਣਾ ਪੈਣਾ ਤੈਨੂੰ ਸਟਰੋਂਗ ਹੋਣਾ ਪੈਣਾ ਤੇਰੀਆਂ ਲੱਤਾਂ 'ਚ ਭਾਰ ਹੋਏਗਾ ਤਾਂ ਤੈਨੂੰ ਗੋਦੀ ਨਹੀਂ ਚੱਕ ਲੈਣਾ ਕਿਸੇ ਨੇ ਆਪਣੀਆਂ ਲੱਤਾਂ ਤੇ ਭਾਰ ਪਾਓ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਹੋ ਸਿਖਾਇਆ ਪਹਿਲਾਂ ਹੀ ਤੈਰਨਾ ਸਿੱਖੋ ਕੱਲਾ ਕੱਲਾ ਬੰਦਾ ਹੀਰਿਆਂ ਵਰਗਾ ਹੋਵੇ ਫਿਰ ਪਰੋਣ ਦਾ ਵੀ ਫਾਇਦਾ ਹੈ ਅੱਜ ਦੇ ਸਮੇਂ ਵਿੱਚ ਤੁਸੀਂ ਕਹੋ ਨਾ ਵੀ ਸਾਡੀ ਕੌਮ ਦਾ ਬਣੂਗੀ ਤੂੰ ਕੌਮ ਦਾ ਛੱਡ ਦੇ ਆਪਣਾ ਆਪਣਾ ਬਣਾਉਣਾ ਸ਼ੁਰੂ ਕਰ ਦਿਓ ਜਿੱਦੇ ਆਪਾਂ ਸਹੀ ਬਣ ਗਏ ਹੀਰੇ ਬਣ ਜਾਈਏ ਫਿਰ ਇੱਕ ਲੜੀ 'ਚ ਪਰੋਣ ਦਾ ਫਾਇਦਾ ਵੀ ਹੈ ਅਜੇ ਤੇ ਸਾਨੂੰ ਸਾਡਾ ਸੁਭਾਅ ਹੀ ਬਦਲਣ ਦੀ ਬਹੁਤ ਲੋੜ ਹੈ ਅਜੇ ਤੇ ਅਸੀਂ ਬਹੁਤ ਨਿਕੰਮੇ ਆ ਅਸੀਂ ਤੇ ਬਹੁਤ ਨਿਕੰਮੇ ਆ ਜੀ ਬੜੇ ਮੈਨੂੰ ਕਹਿੰਦੇ ਭਾਈ ਸਾਹਿਬ ਤੁਹਾਡੇ ਨਾਲ ਨਾ ਕੁਝ ਹੋਰ ਵਧੀਆ ਕਰੀਏ ਮੈਂ ਕਿਹਾ ਮੈਂ ਤੈਨੂੰ ਮਿਲਾਂ ਨਾ ਆਏ ਨੂੰ ਟਾਈਮ ਦੇ ਦਾਂ ਵੀ ਆ ਜਾ ਤੇ ਤੂੰ ਮੈਨੂੰ ਮਿਲਣਾ ਜੇ ਮੈਂ ਕਹਿੰਦਾ ਮੈਂ ਨਹੀਂ ਮਿਲਣਾ ਜਾਂਦਾ ਹੋਇਆ ਸਰੂਪੇ ਪਾਉਂਦਾ ਜਾਂਦਾ ਫਿਰ ਵੀ ਆ ਲੈ ਟਾਈਮ ਦੇਤਾ ਮਿਲੇ ਨਹੀਂ ਗੱਲ ਨਹੀਂ ਕੀਤੀ ਲੈ ਇਹ ਵੀ ਕੋਈ ਗੱਲ ਲੈ ਹੁਣ ਕਰ ਲਓ ਇਹ ਕਰਨਗੇ ਕੌਮ ਦਾ ਭਲਾ ਸੁਭਾਅ ਤੇ ਕੰਮ ਕਰ ਲਿਆ ਆਪਣਾ ਆਪਣਾ ਆਪ ਬਦਲ ਲਿਆ ਅਸੀਂ ਆਪਣੇ ਆਪ ਨੂੰ ਚੇਂਜ ਕਰ ਲਿਆ ਆਪਣੇ ਆਪਣੇ ਸੁਭਾਅ ਤੇ ਕੰਮ ਕਰਨਾ ਸ਼ੁਰੂ ਕਰ ਦਈਏ ਸਿੱਖ ਲਈਏ ਆਪਣੇ ਆਪ ਨੂੰ ਇੰਨਾ ਸਟਰੋਂਗ ਕਰੀਏ ਮੁਸੀਬਤ ਆਉਣੀ ਹੈ ਮੁਸੀਬਤ ਨੂੰ ਹੱਲ ਵੀ ਕਰਨਾ ਹੈ ਬੜੇ ਬੜੇ ਕੌਮੀ ਮਸਲੇ ਨੇ ਜਿਨ੍ਹਾਂ ਬਾਰੇ ਆਪਾਂ ਸੋਚਣਾ ਹੈ ਪਰ ਆਪ ਇੰਨੇ ਕੁ ਸਟਰੋਂਗ ਰਹਿ ਕੇ ਵੀ ਉਹਦੇ ਵਿੱਚ ਫਸਣਾ ਨਹੀਂ ਆਪਣੇ ਆਪ ਨੂੰ ਆਨੰਦ 'ਚ ਰੱਖਣਾ ਹੈ ਹੱਲ ਵੀ ਕਰਨਾ ਹੈ ਪਰ ਭਾਰੂ ਨਹੀਂ ਪੈਣ ਦੇਣਾ ਉਹ ਸਿਚੁਏਸ਼ਨ ਨੂੰ ਉਹਨਾਂ ਹਾਲਾਤਾਂ ਨੂੰ ਵੀ ਅੱਜ ਹੁਣ ਮੰਨ ਲਓ ਕੰਡਿਆਂ ਤੇ ਪਏ ਆ ਇਦੋਂ ਵੱਡਾ ਭਾਰ ਕੀ ਹੈ ਪਲਾਨ ਵੀ ਬਣਾ ਰਹੇ ਆ ਸਵੇਰੇ ਜੰਗ ਕਰਨੀ ਹੈ ਹਾਂਜੀ ਕਰਨੀ ਹੈ 10 ਲੱਖ ਚੜ੍ਹ ਕੇ ਆਏ ਆ ਹਾਂਜੀ ਆਏ ਆ ਵੱਡੇ ਸ਼ਹੀਦ ਹੋ ਗਏ ਆ ਹਾਂਜੀ ਹੋ ਗਏ ਆ ਪਲਾਨ ਵੀ ਕਰਨਾ ਵੀ ਸਵੇਰੇ ਕੀ ਕੁਝ ਕਰਨਾ ਹੈ ਹਾਂਜੀ ਕਰਨਾ ਹੈ ਪਰ ਆਪ ਸਤਿਗੁਰੂ ਐ ਨਹੀਂ ਸਾਡੇ ਵਾਂਗੂ ਵੀ ਖਿਜੇ ਪਏ ਹੋਣਗੇ ਆਪ ਨਹੀਂ ਗੁਰੂ ਸਾਹਿਬ ਇਦਾਂ ਤੜਫ ਤੜਫ ਰਹੇ ਹੋਣਗੇ ਜਿਵੇਂ ਅਸੀਂ ਆ ਕਰਨਾ ਸਾਰਾ ਕੁਝ ਹੈ ਪਰ ਸਮਝ ਇੰਨੀ ਡਿਵੈਲਪ ਕਰ ਲੈ ਆਪਣੇ ਆਪ ਨੂੰ ਉਹਦੇ ਤੋਂ ਬਾਹਰ ਵੀ ਰੱਖਣਾ ਸਾਡੀ ਤੇ ਪ੍ਰੋਬਲਮ ਹੈ ਇੱਕ ਜ਼ਿੰਦਗੀ ਦੇ ਵਿੱਚ ਦਿੱਕਤ ਆ ਗਈ ਆ 3-4 ਦਿਨ ਪਹਿਲਾਂ ਇੱਕ ਬੀਬੀ ਮੈਨੂੰ ਮਿਲੀ ਕਹਿੰਦੀ ਜੀ ਸੱਸ ਬਹੁਤ ਤੰਗ ਕਰਦੀ ਮੈਂ ਕਿਹਾ ਚੱਲ ਕੋਈ ਨਹੀਂ ਤੁਹਾਨੂੰ ਕੀ ਪਤਾ ਸੱਸਾਂ ਕੀ ਹੁੰਦੀਆਂ ਬਹੁਤ ਤੰਗ ਕਰਦੀ ਮੇਰੇ ਅੱਗੋਂ ਇਦਾਂ ਮੈਨੂੰ ਬੋਲ ਮੈਂ ਕਿਹਾ ਹਰ ਇੱਕ ਬੰਦੇ ਦੀ ਜ਼ਿੰਦਗੀ 'ਚ ਆਉਂਦੀ ਹੈ ਪ੍ਰੋਬਲਮ ਚੱਲ ਸੱਸ ਤੇਰੀ ਠੀਕ ਹੋ ਜੂ ਫਿਰ ਠੀਕ ਹੈ ਜਿੱਥੇ ਕੰਮ ਕਰਦੀ ਹੈ ਹੋ ਸਕਦਾ ਉੱਥੇ ਕੋਈ ਪੰਗਾ ਪੈ ਜੇ ਉਹ ਤੰਗ ਲੱਗ ਜੇ ਫਿਰ ਫਿਰ ਉਹ ਹੋ ਜੂ ਗਾਂ ਤੇਰਾ ਬੱਚਾ ਵੱਡਾ ਹੋਣ ਵਾਲਾ ਹੋ ਸਕਦਾ ਉਹ ਤੰਗ ਕਰਨ ਲੱਗ ਜੇ ਫਿਰ ਤੇਰੀ ਉਹ ਬਿਪਤਾ ਛਿੜ ਜੂ ਫਿਰ ਉਹਦਾ ਵਿਆਹ ਕਰੇਗਾ ਗਾਂ ਨੂੰਹ ਆ ਗਈ ਕਰੇਗੀ ਨੂੰਹ ਤੇਰੀ ਇਦਾਂ ਦੀ ਆ ਗਈ ਫਿਰ ਤੂੰ ਫਿਰ ਤੰਗ ਰਹੀ ਫਿਰ ਗਾਂ ਪੋਤਾ ਬੱਚਾ ਕੋਈ ਨਾ ਹੋਇਆ ਫਿਰ ਰੋਈ ਜਾਈ
ਇਹਦੇ ਹਰ ਇੱਕ ਦੀ ਜ਼ਿੰਦਗੀ 'ਚ ਹੈ। ਕਿਸੇ ਦੀ ਕਿਸੇ ਦਾ ਪਿਓ ਤੰਗ ਕਰੀ ਜਾਂਦਾ, ਕਿਸੇ ਦੀ ਘਰ ਵਾਲੀ ਤੰਗ ਕਰੀ ਜਾਂਦੀ, ਕਿਸੇ ਦੀ ਸੱਸ ਤੋਂ ਦੁਖੀ ਹੈ ਕੋਈ, ਕੋਈ ਬੌਸ ਤੋਂ ਦੁਖੀ ਹੈ ਆਪਣੇ ਤੋਂ, ਉਹ ਕੋਈ ਕਿਸੇ ਦੇ ਪੁੱਤ ਤੋਂ ਦੁਖੀ ਹੈ। ਜੇ ਤੁਸੀਂ ਕਹਿੰਦੇ ਹੋ ਵੀ ਇਹਨਾਂ ਚੀਜ਼ਾਂ ਨੂੰ ਤੁਸੀਂ ਚੇਂਜ ਕਰ ਸਕਦੇ ਹੋ, ਨਹੀਂ। ਕਹਿੰਦੀ ਮੇਰੀ ਸੱਸ ਮੈਨੂੰ ਤਾਂ, ਮੈਂ ਕਿਹਾ ਵੀ ਨਹੀਂ ਤੁਹਾਨੂੰ ਕੀ ਪਤਾ, ਮੈਂ ਕਹਿੰਦਾ ਹੁਣ ਤੇਰੇ ਵਾਂਗੂ ਧੁੰਮਾਂ ਦੇ ਨਹੀਂ ਜਿਹੜੇ ਗੋਲ ਬੋਤ ਐਂ ਚੱਕੀ ਫਿਰਦੇ ਬੰਦੂਕਾਂ ਮੇਰੇ ਕੰਨੀ, ਅਗਲੇ ਵੜਨ ਨਹੀਂ ਦਿੰਦੇ ਹੈਗਾ ਮਾਝੇ ਚ, ਕਹਿੰਦੇ ਤੈਨੂੰ ਵੜਨ ਨਹੀਂ ਦੇਣਾ ਅਸੀਂ, ਧਮਕੀਆਂ ਰੋਜ਼ ਸੁਣਦੇ ਹਾਂ। ਮੈਂ ਕਿਹਾ ਮੇਰੇ ਵਾਸਤੇ ਮੇਰੇ ਕੋਲ ਸੱਸ ਨਹੀਂ ਤੇ ਹੋਰ ਨੇ ਕਈ ਪੰਗੇ, ਆਹੋ ਵੀ ਜੇ ਸੱਸ ਨਹੀਂ ਤੇ ਹੋਰ ਕਈ ਨੇ, ਹਰ ਖੜੀ ਜ਼ਿੰਦਗੀ 'ਚ ਹੁੰਦੇ ਆ। ਪਰਸੋਂ ਚੌਥੇ ਟਰੰਪ ਦੀ ਪੜ੍ਹਦਾ ਸੀ ਮੈਂ, ਅਖਬਾਰ 'ਚ ਖਬਰ ਆਈ, ਉਹਨੇ ਗੂਗਲ ਵਾਲੇ ਨੂੰ ਸੱਦਿਆ, ਕਹਿੰਦੇ ਜਦੋਂ ਈਡੀਅਟ ਭਰਦੇ ਆ ਮੇਰਾ ਨਾਂ ਕਿਉਂ ਆਉਂਦਾ, ਮੇਰੀ ਫੋਟੋ ਕਿਉਂ ਆ ਜਾਂਦੀ ਉਹਦੇ ਤੇ। ਗੂਗਲ ਤੇ ਜਦੋਂ ਕਦੇ ਤੁਸੀਂ ਈਡੀਅਟ ਭਰਦੇ ਹੋ ਨਾ, ਤੇ ਉਹਦੇ ਤੇ ਟਰੰਪ ਦੀਆਂ ਫੋਟੋਆਂ ਹੀ ਫੋਟੋਆਂ ਆ ਜਾਂਦੀਆਂ। ਮੈਂ ਕਿਹਾ ਲਿਆ ਵੀ ਦੁਖੀ ਦੁਖੀ ਤੇ ਸਾਰੇ ਹੀ ਹੈ, ਤੇਰੀ ਪ੍ਰੋਬਲਮ ਇਹ ਹੈ ਵੀ ਤੈਨੂੰ ਸੱਸ ਤੰਗ ਕਰਦੀ ਹੈ, ਕਿਸੇ ਦੀ ਪ੍ਰੋਬਲਮ ਇਹ ਹੈ ਉਹਦੀ ਘਰ ਵਾਲੀ ਤੰਗ ਕਰਦੀ ਹੈ, ਘਰ ਵਾਲੀ ਦੀ ਪ੍ਰੋਬਲਮ ਇਹ ਉਹਨੂੰ ਘਰ ਵਾਲਾ ਮਾੜਾ ਮਿਲ ਗਿਆ, ਗਾਂ ਔਲਾਦ ਤੰਗ ਕਰਦੀ ਹੈ। ਇੱਥੇ ਤੇ ਟਰੰਪ ਵਰਗੇ ਵੀ ਦੁਖੀ ਨੇ ਵੀ ਈਡੀਅਟ ਭਰੋ ਤੇ ਮੇਰੀ ਫੋਟੋ ਕਿਉਂ ਆਉਂਦੀ ਹੈ। ਅਗਲੇ ਪ੍ਰੈਜੀਡੈਂਟ ਨੇ, ਅਮਰੀਕਾ ਦੇ ਸਭ ਤੋਂ ਸਟਰੋਂਗ ਮੈਨ ਹੈ, ਦੁਨੀਆ ਦਾ ਸਭ ਤੋਂ ਸਟਰੋਂਗ ਮੈਨ ਹੈ, ਉਹ ਵੀ ਕਹਿੰਦਾ ਮੈਂ ਪਰੇਸ਼ਾਨ ਹਾਂ। ਗੱਲ ਸਮਝਣੀ ਹੈ ਵੀ ਅਸੀਂ ਉਸ ਸਿਚੁਏਸ਼ਨ ਦੇ ਵਿੱਚ ਰਹਿ ਕੇ ਉਹਦੇ ਤੋਂ ਬਾਹਰ ਕਿੱਦਾਂ ਰਹਿਣਾ, ਇਹ ਤੇ ਤੂੰ ਵੇਖਣਾ। ਜਿੰਨਾ ਸਟਰੋਂਗ ਹੋਏਗਾ, ਜਿੰਨਾ ਤੇਰਾ ਦਿਮਾਗ ਚੱਲੂ, ਉੱਥੇ ਪਤਾ ਲੱਗਣਾ ਕਿੰਨਾ ਕੁ ਤਗੜਾ ਹੈ। ਬੱਚੇ ਦੇ ਕੰਡਾ ਵੱਜਿਆ ਨਹੀਂ ਚੱਲ ਸਕਦਾ, ਪਾਲਣੇ ਆ ਪਰ ਇੱਕ ਉਹ ਹੈ, ਇੰਨੇ ਫੱਟ ਵੱਜੇ ਪਏ ਵੀ ਕੋਲੋਂ ਦੀ ਲੰਘੀ ਹਰ ਜਾਂਦਾ ਉਹ। ਹੁਣ ਬੰਨ ਲਓ ਪੱਗਾਂ, ਬਣ ਗਏ ਗੁਰੂ ਗੋਬਿੰਦ ਸਿੰਘ ਦੇ ਪੁੱਤ, ਲਿਆਓ ਨਿਆਣਿਆਂ ਨੂੰ ਇੱਥੇ ਦਮਾਲੇ ਦਸਤਾਰਾਂ ਸਜਾ ਕੇ ਗੱਤਕੇ ਸਿਖਾ ਦਿਓ, ਪਵਾ ਕੇ ਚੋਲੇ ਖੜਾ ਦਿਓ ਸਟੇਜ ਤੇ, ਬਣ ਗਏ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ। ਪਰ ਮੈਂ ਕੱਲ ਵੀ ਅਰਜ਼ ਕੀਤੀ ਸੀ, ਬਾਹਰੋਂ ਠੀਕ ਹੈ ਆਪਾਂ ਬਣ ਗਏ ਦਾੜੀਆਂ ਕੇਸ ਰੱਖ ਲਏ ਚੋਲੇ ਪਾ ਲਓ ਭਾਵੇਂ, ਪਰ ਜਿੱਦਣ ਜਿੰਨਾ ਚਿਰ ਉਹ ਸੋਚ ਨਹੀਂ ਬਣਦੀ, ਜਿੰਨਾ ਚਿਰ ਉਹ ਅੱਖ 'ਚ ਅੱਖ ਪਾ ਕੇ ਗੱਲ ਕਰਨ ਵਾਲੀ ਹਿੰਮਤ ਨਹੀਂ ਆਉਂਦੀ। ਸਾਡੇ ਇੱਥੇ ਸਾਡੇ ਬੰਦੇ ਕਹਿੰਦੇ ਕੱਲ ਨੂੰ ਕਿਸੇ ਨਾਲ ਵਿਗਾੜਨੀ ਹੈ ਜੀ, ਉਹ ਛੱਡੋ ਜੀ, ਕੀ ਪਤਾ ਕਿਹਦੀ ਲੋੜ ਕਦੋਂ ਪੈ ਜੇ। ਐਵੇਂ ਆਪਾਂ ਬਾਹਲੇ ਬਾਹਲੇ ਨੇ ਬੁਰੇ ਬਣੇ, ਲੈ ਬਣ ਜਾ ਫਤਿਹ ਸਿੰਘ ਆਹ ਬਣਿਆ ਫਿਰਦਾ ਜਿਹੜਾ, ਇੰਨੀ ਗੱਲ ਪਿੱਛੇ ਹੀ ਵੀ ਤੇਰੇ ਅਗਲਾ ਗੋਲੀ ਨਹੀਂ ਲੱਗਿਆ ਮਾਰਨ, ਇੰਨਾ ਨਹੀਂ ਕਹਿ ਸਕਿਆ, ਉਹ ਸਾਰੀ ਉਹ ਗ੍ਰਾਂਟ ਖਾ ਗਿਆ, ਇੰਨੀ ਹਿੰਮਤ ਨਹੀਂ ਪਈ ਤੇਰੇ ਚ ਵੱਡਾ ਫਤਿਹ ਸਿੰਘ ਬਣਦਾ, ਇੰਨੀ ਹਿੰਮਤ ਨਹੀਂ ਪਈ ਤੇਰੇ ਚ, ਸਿੱਧਾ ਹੀ ਤੈਨੂੰ ਗੋਲੀ ਮਾਰ ਦੂ, ਅਗਲਾ ਕੇਸ ਕਰਾ ਦੂ ਤੇਰੇ ਤੇ। ਨਾ ਜੀ, ਕੀ ਪਤਾ ਯਾਰ, ਬਾਹਲਾ ਨਹੀਂ ਐ ਕਰੀਦਾ ਕਿ ਬੰਦੇ ਦੇ ਪਤਾ ਲੱਗਦਾ ਕਿਹੜੇ ਵੇਲੇ ਲੋੜ ਪੈ ਜਾਣੀ ਬੰਦੇ ਦੀ, ਮੁਸੀਬਤ ਆਈ ਦਾ ਕੀ ਪਤਾ ਯਾਰ ਕਦੋਂ, ਐ ਨਹੀਂ ਬਾਹਲਾ ਨਹੀਂ ਐ ਨਹੀਂ, ਆਹ ਸਾਡੀ ਸੋਚ ਹੈ ਏਦਾਂ ਦੇ ਆ ਅਸੀਂ। ਪਰ ਜੇ ਬੰਦਾ ਸੱਚ ਨਾਲ ਵਿਆਹਿਆ, ਕਹਿੰਦੇ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ, ਰੱਬ ਨਾਲ ਵਿਆਹਿਆ ਕਹਿੰਦੇ ਜੀ, ਸੱਚ ਨਾਲ ਵਿਆਹਿਆ ਤੇ ਸੱਚ ਨਾਲ ਵਿਆਹਿਆ ਬੰਦਾ ਐਂ ਸੋਚ ਸਕਦਾ ਵੀ ਕੀ ਪਤਾ ਕਿਹਦੀ ਲੋੜ ਕਦੋਂ ਪੈ ਜੇ। ਨਾਰਾਜ਼ ਨਹੀਂ ਕਰਨਾ ਕਿਸੇ ਨੂੰ, ਸਵਾਪਤੀ ਵਰਤਾ ਬਣਿਆ ਫਿਰਦਾ ਬੰਦਾ ਇੱਥੇ। ਹੁਣ ਵੇਖੋ ਜੇ ਕੋਈ ਪਤਨੀ ਕਵੇ, ਹੁਣ ਪਤਨੀ ਨੂੰ ਹੁਣ ਕੋਈ ਸਾਡੀ ਧੀ ਭੈਣ ਤੁਰੀ ਜਾਂਦੀ, ਸਾਡੀ ਨੂੰਹ ਹੈ ਪਿੰਡ ਦੀ, ਉਹਨੂੰ ਮਸਟੰਡੇ ਪੰਜ ਚਾਰ ਜਣੇ ਕਿਸੇ ਨੇ ਇੱਥੇ ਬੁਲਾ ਲਿਆ, ਕੋਈ ਉਦਾਂ ਛੇੜਦਾ ਕੋਈ ਅੱਗੇ, ਉਹ ਕਵੇ ਛੱਡ ਪਰੇ ਕੀ, ਆਪਾਂ ਕਾਹਨੂੰ ਕਹਿਣਾ ਕਿਸੇ ਨੂੰ, ਕੀ ਪਤਾ ਕਿਹਦੀ ਲੋੜ ਕਦੋਂ ਪੈ ਜੇ। ਤੇ ਉਹ ਪਤੀ ਵਰਤਾ ਇਸਤਰੀ ਹੈ, ਕੋਈ ਪਤੀ ਵਰਤਾ ਇਸਤਰੀ ਕੌਣ ਹੈ, ਹਿੰਮਤ ਨਹੀਂ ਪੈ ਸਕਦੀ ਕਿਸੇ ਦੀ, ਮੇਰੇ ਵੱਲ ਅੱਖ ਪੱਟ ਕੇ ਨਹੀਂ ਵੇਖ ਸਕਦਾ ਕੋਈ, ਮੈਂ ਜਿੱਥੇ ਖੜੀ ਹਾਂ ਉੱਥੇ ਖੜੀ, ਉਹ ਹੈ। ਪਰ ਇੱਥੇ ਕੀ ਹੈ, ਗੁਰੂ ਵਾਸਤੇ ਕੀ ਹੈ, ਗਿਆਨ ਸਮਝ ਵਾਸਤੇ ਕੀ ਹੈ, ਸਾਨੂੰ ਬਹੁਤ ਗੱਲਾਂ ਦਾ ਪਤਾ ਹੈ, ਬਹੁਤ ਗੱਲਾਂ ਦਾ, ਪਰ ਜਦੋਂ ਉਹਨਾਂ ਨੂੰ ਕਹੀਦਾ ਵੀ ਲਾਗੂ ਕਿੱਦਾਂ ਕਰਾਂਗੇ, ਉਹ ਇਹ ਤੇ ਔਖਾ ਹੈ ਜੀ, ਹੌਲੀ ਹੌਲੀ ਹੁੰਦਾ ਰੂ, ਬਸ ਇੰਨਾ ਨਹੀਂ ਫਿਰ ਔਖਾ ਹੈ, ਬਸ ਉਹ ਹਿੰਮਤ ਨਹੀਂ, ਉਹਦੇ ਲਈ ਦਲੇਰੀ ਕੋਈ। ਪਰ ਆਪਾਂ ਪੜ੍ਹਦੇ ਹਾਂ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ, ਕਥਾ ਨਰਾਰੀ ਐਂ ਬਣ ਜੂ ਤੇਰੀ,
ਤੇਰੀ ਗੱਲ ਆਪਣੇ ਆਪ ਨਰਾਰੀ ਕਥਾ ਹੋ ਤੇਰੀ ਹੈ ਨਾ ਐ ਨਹੀਂ ਬਣਦੀ ਜੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਕਥਾ ਬਣਦੀ ਹੈ ਤੇ ਨਰਾਰੀ ਕਥਾ ਤਾਂ ਹੈ ਉਹਨਾਂ ਦਾ ਲਾਈਫ ਸਟਾਈਲ ਲੋਕਾਂ ਨਾਲੋਂ ਵੱਖਰਾ ਹੈ ਸੋਚਣੀ ਵੱਖਰੀ ਹੈ ਅੱਖ ਚੱਕ ਪਾ ਕੇ ਗੱਲ ਕਰਨ ਦੀ ਜ਼ਰੂਰਤ ਹੈ ਉਹ ਦਲੇਰੀ ਹੈ ਉਹ ਹਿੰਮਤ ਹੈ ਸਾਡੇ ਵਾਲਾ ਕੰਮ ਹੈ ਆ ਹੁਣ ਮੱਗਰ ਦਾ ਮਹੀਨਾ ਖਤਮ ਹੋ ਗਿਆ ਕੱਲ ਅੱਜ ਕੀ ਚੜ ਗਿਆ ਪੋ ਪੋ ਦਾ ਮਹੀਨਾ ਚੜ ਗਿਆ ਕਈ ਤੇ ਗੁਰਦੁਆਰੇ ਸੁਣਨ ਜਾਂਦੇ ਆ ਜੀ ਦੁਆਬੇ ਦੇ ਏਰੀਏ ਚ ਰਿਵਾਜ ਹੈ ਵੀ ਗ੍ਰੰਥੀ ਨੂੰ ਕਹਿਣਗੇ ਜਦੋਂ ਗ੍ਰੰਥੀ ਬੋਲੂ ਨਾ ਪੋ ਚੜ ਤਾਂ ਸਤਨਾਮ ਵਾਹਿਗੁਰੂ ਐਂ ਕਹਿਣਾ ਵੀ ਪੋ ਇਹਨੂੰ ਤਾਂ ਸੁਣਨਾ ਵੀ ਜਦੋਂ ਪੋ ਬੋਲੂ ਤੇ ਅਸੀਂ ਸੁਣਾਂਗੇ ਵੀ ਪੋ ਦਾ ਮਹੀਨਾ ਹਰ ਇੱਕ ਮਹੀਨਾ ਸੁਣਨ ਵਾਸਤੇ ਜਾਣਾ ਇਹ ਚ ਪਿਓ ਪੁੱਤਾਂ ਨਾਲ ਪਿਆਰ ਬਹੁਤ ਕਰਦੇ ਆ ਬਹੁਤ ਪਿਆਰ ਕਰਦੇ ਪੁੱਤ ਨਾਲ ਸਾਰੀ ਜ਼ਿੰਦਗੀ ਮਰਦਾ ਹੈ ਪੁੱਤਾਂ ਪਿੱਛੇ ਪਰ ਕਦੇ ਜਵਾਨ ਪੁੱਤ ਨੂੰ ਐ ਘੁੱਟ ਕੇ ਛਾਤੀ ਨਾਲ ਲਾ ਕੇ ਪਿਓ ਕਹਿੰਦਾ ਨਹੀਂ ਵੀ ਪੁੱਤ ਬਹੁਤ ਪਿਆਰ ਕਰਦਾ ਮੈਂ ਤੇਰੇ ਨਾਲ ਹੈ ਹੀ ਨਹੀਂ ਸਾਡੇ ਚ ਇਹ ਚੀਜ਼ਾਂ ਹੈ ਨਹੀਂ ਅਸੀਂ ਕਦੇ ਇਦਾਂ ਸੋਚਿਆ ਹੀ ਨਹੀਂ ਆਪਣੇ ਆਪ ਨੂੰ ਆਪਣੇ ਵਿਚਾਰਾਂ ਨੂੰ ਆਪਣੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖਣਾ ਪੜ੍ਹੈ ਆਣਾ ਕਦੇ ਆਪਣੀ ਸੋਚ ਨੂੰ ਆਪਣੇ ਵਿਚਾਰਾਂ ਨੂੰ ਪੜ੍ਹਨ ਦਾ ਯਤਨ ਹੀ ਨਹੀਂ ਕੀਤਾ ਕਦੇ ਅਸੀਂ ਕੋਸ਼ਿਸ਼ ਹੀ ਨਹੀਂ ਕੀਤੀ ਤਾਂ ਕਰਕੇ ਉਹ ਦੁੱਖ ਨੂੰ ਦੁੱਖ ਮੰਨਣਾ ਹੈ ਕਿ ਨਹੀਂ ਮੰਨਣਾ ਇਹ ਅਸੀਂ ਵੇਖਣਾ ਕਿੰਨੇ ਕੁ ਸਟਰੋਂਗ ਆ ਅੰਦਰੋਂ ਤਕਲੀਫਾਂ ਸਭ ਤੇ ਆਉਂਦੀਆਂ ਹੈ ਪਰ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ ਨਰਾਰੀ ਕਥਾ ਫੇਰ ਬਣਨੀ ਹੈ ਜਿੱਦਣ ਉਹ ਜ਼ੁਰਤ ਭਰੇਗਾ ਸਾਡੇ ਤੇ ਬਚਾ ਕੇ ਰੱਖੋ ਜੀ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਨਾ ਕਿਸੇ ਦੀ ਮਾੜੀ ਨਾ ਕਿਸੇ ਦੀ ਚੰਗੀ ਇਹ ਸੋਚ ਹੈ ਸਾਡੀ ਵੀ ਨਾ ਕਿਸੇ ਦੀ ਮਾੜੀ ਕਰੋ ਇਹ ਕਿੱਥੋਂ ਆ ਗਈ ਸਾਡੇ ਚ ਸਾਡੇ ਦਿਮਾਗ ਚ ਭਰ ਦਿੱਤੀ ਹੈ ਨਕਲੀ ਨਿਮਰਤਾ ਨਕਲੀ ਨਿਮਰਤਾ ਦਿਖਾਵਾ ਬਸ ਇਹੀ ਉੱਤੋਂ ਉੱਤੋਂ ਸਾਰਾ ਕੁਛ ਪਰ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਦਾਂ ਦੇ ਨਹੀਂ ਸੀ ਬਣਾਇਆ